ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮੱਲੀਆਂ ਖੁਰਦ ਸ਼ਾਹਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦਾ ਪਿੰਡ ਹੈ, ਮਦਨ ਲਾਲ ਡੇਅਰੀ ਫਾਰਮ ਆ ਦੱਸੋ ਜਿੱਥੇ ਵੀਡੀਓ ਬਣਾ ਰਹੇ ਤੇ ਬਾਈ ਵਪਾਰ ਦਾ ਕੰਮ ਕਰਦੇ ਆ। ਇਹਨਾਂ ਕੋਲ ਗਾਵਾਂ ਮੋਸਟਲੀ ਵਿਕਰੀ ਵਾਲੀਆਂ ਹਰ ਟਾਈਮ ਹੀ ਇੱਥੇ ਮੌਜੂਦ ਹੁੰਦੀਆਂ ਤੇ ਨਾਲ ਕੁਛ ਵੀਫਰ ਵੀ ਹੁੰਦੀਆਂ। ਤੇ ਇਸ ਵਾਰ ਵੀ ਦੱਸੋ ਦੋ ਵਹਿੜਾਂ ਜਿਹੜੀਆਂ ਅਜੇ ਕੱਚੀਆਂ, ਇਹ ਹੀਫਰ ਹੈ, ਪ੍ਰੈਗਨੈਂਟ ਹੈ ਤੇ ਤੋਂ ਬਿਨਾਂ ਕੁਛ ਗਾਵਾਂ ਸੂਈਆਂ ਸਵਾਈਆਂ ਤੇ ਕੁਛ ਗੱਭਣ ਗਾਵਾਂ ਤੇ ਇੱਕ ਮੱਝ ਵੀ ਤਾਜ਼ੀ ਸੂਈ ਵੀ ਆ। ਸੋ ਨਗ ਕਾਫੀ ਸਾਰੇ ਆ, ਲਾਸਟ ਤੱਕ ਵੀਡੀਓ ਦੇਖ ਲਿਓ, 9-10 ਪਸ਼ੂ ਤੁਹਾਨੂੰ ਦਿਖਾਊਂਗਾ। ਸੋ ਆਓ ਸ਼ੁਰੂਆਤ ਇਸੇ ਸਾਈਡ ਤੋਂ ਕਰਦੇ ਹਾਂ ਆਪਾਂ, ਦੱਸੋ ਇਸ ਵਹਿੜ ਤੋਂ ਸ਼ੁਰੂ ਕਰ ਲੈਂਦੇ, ਉਦੋਂ ਬਾਅਦ ਚ ਤੁਹਾਨੂੰ ਪਰਲੇ ਪਾਸੇ ਸੂਈਆਂ ਸਵਾਈਆਂ ਗਾਵਾਂ ਦਿਖਾਵਾਂਗੇ, ਤੁਸੀਂ ਜਿਹੜਾ ਪਸ਼ੂ ਚੰਗਾ ਲੱਗਾ ਤਸੱਲੀ ਕਰਕੇ ਖਰੀਦ ਲਓ। ਵਿਨੇ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵਿਨੇ ਅੱਜ ਆਪਣੇ ਕੋਲ ਹੈਗੇ 9-10 ਨਾਗ, ਹਾਂਜੀ, ਪਹਿਲੇ ਨੰਬਰ ਤੇ ਇਸ ਵੈਡ ਤੋਂ ਸ਼ੁਰੂਆਤ ਕਰਦੇ ਆ, ਕਿੰਨਵਾਂ ਸੂਆ ਸੂਈ ਬਾਈ? ਪਹਿਲਾ ਸੂਆ ਸੂਈ ਹੈ ਜੀ। ਸੂਈ ਵੀ ਹੈ ਜਾਂ ਸੂਈ ਨਾਲ ਹੋਈ ਆ ਬਾਈ? ਠੀਕ ਹੈ, ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ? ਸੂਈ ਨੂੰ ਬਾਈ ਹੋ ਗਈ 15 ਕੁ ਦਿਨ। ਕਿੰਨਾ ਦੁੱਧ ਹੈ ਇਸ ਟਾਈਮ ਹਾਜ਼ਰ ਹੋ? ਬਾਈ 25 ਕਿਲੋ ਤਿਆਰ ਹੈ ਇਸ ਟਾਈਮ। ਠੀਕ ਹੈ, ਕੀ ਡਿਮਾਂਡ ਰਹਿਣੀ ਇਹਦੀ? ਇਹ ਬਾਈ 1-55 ਦੀ ਦੇਣਾ। 1-55? ਹਾਂਜੀ, ਠੀਕ ਹੈ, ਤੋਰੀ ਨੂੰ। ਸੋ ਦੱਸੋ 25 ਕਿਲੋ ਦੁੱਧ ਹਾਜ਼ਰ ਹੈ, 15 ਦਿਨਾਂ ਦੀ ਸੂਈ ਥੱਲੇ, ਡਿਮਾਂਡ 1-55। ਟੌਪ ਦੇ ਬਾਈ ਫਾਰਮ ਤੇ ਹੋਈ ਮੈਡ। ਠੀਕ ਹੈ, ਪੂਰਾ ਬੈਂਕ ਡਾਟਾ ਲੈ ਲਾਂਗੇ। ਓਕੇ, ਬੱਚਾ ਇਹਦੇ ਨਾਲ ਬੱਚਾ ਹੈ ਕਿ ਬੱਚੀ? ਬੱਚਾ ਬਈ ਹੈ। ਠੀਕ ਹੈ, ਦੱਸੋ ਬੱਚਾ ਮੇਲ ਕਾਫ ਹੈ, ਸੋਹਣੇ ਢਾਂਚੇ ਦੀ ਇਹ ਵੈਡ ਹੈ, ਸਟਰਕਚਰ ਇਹਦਾ ਬਹੁਤ ਸੋਹਣਾ। ਦੱਸੋ ਤੁਸੀਂ ਹਵਾਨਾ ਦੇਖੋ, ਫਿਕਸ ਜਾਂ ਬਿਲਕੁਲ ਕਿੱਦਾਂ ਦਾ ਰੁੱਖ ਹੈ, ਅਗਾੜੀ ਜੇ ਆਪਾਂ ਦੇਖੀਏ ਤਾਂ ਅਗਲੇ ਪਾਸੇ ਨੂੰ ਵੀ ਹਵਾਨਾ ਚੰਗਾ ਹੈ। 25 ਕਿਲੋ ਦੁੱਧ ਇਸ ਟਾਈਮ ਹਾਜ਼ਰ ਹੈ, 15 ਦਿਨਾਂ ਦੀ ਸੂਈ, ਬੱਚਾ ਇਹ ਇਹਦਾ ਉੱਧਰ ਬਣਿਆ ਉੱਧਰ। ਠੀਕ, ਓਕੇ। ਸੋ ਦੱਸੋ ਇਹ ਵੈਡ ਦੇਖੋ, ਪਹਿਲਾ ਸੂਆ ਸੂਈ ਵੀ ਪੂਰਾ ਬਾਈ ਬਾਇਓਡਾਟਾ ਲੈ ਦਾਂਗੇ ਜਿਸ ਤਰ੍ਹਾਂ ਕੋਈ ਆ। ਸੋ ਪੂਰੀ ਡਿਟੇਲ ਬਾਈ ਕਹਿੰਦਾ ਵੀ ਲੈ ਕੇ ਦੇਵਾਂਗੇ, ਇਹਦੇ ਤੋਂ ਬਿਨਾ ਬਾਕੀ ਗਾਵਾਂ ਦੇ ਰੇਟ ਤੁਹਾਡੀ ਪਹੁੰਚ ਵਾਲੇ ਹੋਣਗੇ, ਤੁਹਾਡੀ ਬਰੀਡ ਵਾਈਜ ਵੀ ਚੰਗੀ ਹੈ, ਬਾਕੀ ਪਹਿਲਣ ਵੈਡ ਆ, ਢਾਂਚਾ ਸੋਹਣਾ ਹੈ। ਸੋ ਉਦੋਂ ਅੱਗੇ ਜਿਹੜੀਆਂ ਗਾਵਾਂ ਤੁਹਾਨੂੰ ਦਿਖਾਵਾਂਗੇ, ਦੱਸੋ ਪਰਲੇ ਪਾਸੇ ਖੜੀਆਂ ਉਹ ਆਮ ਫਾਰਮਰ ਦੀ ਪਹੁੰਚ ਵਾਲੀਆਂ ਹੀ ਹੋਣਗੀਆਂ ਬਾਈ। ਇਹ ਕਿੰਨਵਾਂ ਸੂਆ ਸੁੰਦੀ ਗਾ? ਇਹ ਬਾਈ ਤੀਜਾ ਸੂਆ ਸੁੰਦੀ ਹੈ। ਕਿੰਨਾ ਚਿਰ ਲੈ ਜੂਗੀ? ਦੇਣ ਬਾਈ ਇਹਦੇ 15-20 ਦਿਨ ਪਏ। ਠੀਕ ਹੈ, ਇਹਦਾ ਰੇਟ ਕੀ ਰਹਿਣਾ? ਇਹ ਬਾਈ 85,000 ਦੀ ਦੇਣਾ ਖੋਲੀਆਂ। ਸੋ ਦੱਸੋ 15-20 ਦਿਨ ਲੈਂਦੀ ਹੈ, ਵਜਨ ਫੁੱਲ ਹੈ ਗਾਂ ਦਾ, 85,000 ਦੀ ਇਹ ਗਾਂ ਮਿਲ ਜੂਗੀ। ਦੁੱਧ ਬਾਈ 25 ਤੋਂ ਬਾਅਦ ਦੇ ਦੂਗੀ, 27-28 ਕਿਲੋ। ਠੀਕ ਹੈ, ਉਹ 25 ਤੋਂ ਬਾਅਦ ਦੁੱਧ ਦੇਣ ਵਾਲੀ ਗਾਂ ਵੀਰ ਕਹਿੰਦਾ, ਬਾਕੀ ਗਰਮੀ ਵੀ ਘੱਟ ਮੰਨੂਗੀ ਪੂਰੀ। ਠੀਕ ਹੈ, ਸੋ ਥੋੜਾ ਪ੍ਰੋਸੰਗ ਹੈ ਤੇ ਗਰਮੀ ਘੱਟ ਮਨਾਊਗੀ ਇਹ ਲੱਗਦਾ, ਬਾਕੀ ਤੁਸੀਂ ਆ ਕੇ ਰੁੱਖ ਦੇਖੋ ਲਿਆ ਬਾਈ ਵਾਪਸ। ਸੋ ਇਹ ਦੱਸੋ ਦੂਜੇ ਨੰਬਰ ਤੇ ਵੈਡ, ਇਹਦਾ ਰੇਟ 85,000। ਇਹ ਤੋਂ ਬਿਨਾਂ ਦੋ ਵੱਛੀਆਂ ਜਿਹੜੀਆਂ ਗੱਭਣ ਹੈ, ਕਿੰਨੇ ਕਿੰਨੇ ਚਿਰ ਦੀਆਂ ਬਾਈ ਆਪਾਂ ਦੱਸ ਦੂਗਾ ਤੇ ਇਹ ਤੁਸੀਂ ਅੱਗੇ ਦੇਖ ਲਓਗੇ। ਵਿਨੇ ਇਹ ਦੋਨੇ ਵੱਛੀਆਂ ਪਹਿਲੇ ਸੂਏ ਵਾਸਤੇ ਗੱਭਣ? ਹਾਂਜੀ, ਪਹਿਲੇ ਵਾਸਤੇ। ਦੰਦੋ ਕਿਵੇਂ, ਕਾਲੀ ਵੱਛੀ ਦੰਦੋ ਕਿਵੇਂ? ਦੰਦੋ ਨੀ ਬਾਈ ਦੇਖੀਆਂ ਹਲੇ। ਠੀਕ ਹੈ, ਕਿੰਨੇ ਕਿੰਨੇ ਚਿਰ ਦੀਆਂ ਗੱਭਣ ਹੈ? 4-4.5-5 ਮਹੀਨੇ ਦੀਆਂ। ਕੀ ਰੇਟ ਚ ਦੇ ਦਾਂਗੇ ਇਹ? ਰੇਟ ਬਾਈ 1-35 ਦਾ ਜੋੜਾ ਦੇ ਦਾਂਗੇ। 1-35 ਦਾ ਜੋੜਾ? ਹਾਂਜੀ। ਠੀਕ ਹੈ, ਖੋਲ ਗਏ ਇਹਨੂੰ। ਸੋ 1,35,000 ਦਾ ਜੋੜਾ ਮਿਲ ਜੂਗਾ, ਬਾਕੀ ਤੁਸੀਂ ਗੱਲਬਾਤ ਕਰ ਲਿਓ ਕੱਲੀ ਕੱਲੀ ਕੀ ਭਾਅ ਤੁਹਾਡੇ ਨਾਲ ਸੌਦਾ ਹੁੰਦਾ। 4-4 ਮਹੀਨਿਆਂ ਤੋਂ ਉੱਤੇ ਗੱਭਣ ਹੈ। ਇੱਕ ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹ ਚੈੱਕ ਪਾਸ ਆਪਦਾ ਡਾਕਟਰ ਵੀਰ ਨਾਲ ਲੈ ਕੇ ਆਵੇ, ਜਾਂ ਦੂਜੀ ਆਪਸ਼ਨ ਇਹ ਹੁੰਦੀ ਹੈ ਵੀ ਤੁਸੀਂ ਆਪਦੇ ਏਰੀਏ ਦੇ ਡਾਕਟਰ ਵੀਰ ਨੂੰ ਘਰੇ ਬੁਲਾਓ, ਜਦੋਂ ਗੱਡੀ ਤੋਂ ਵੈੜ ਉੱਤਰਦੀ ਹੈ ਤੇ ਨਾਲ ਦੀ ਨਾਲ ਹੀ ਚੈੱਕ ਤੁਸੀਂ ਪਾਸ ਜਿਹੜੀ ਉਹ ਕਰਵਾ ਲਓ।
ਤੇ ਇਹ ਵੀ ਆਪਸ਼ਨ ਹੋ ਸਕਦੀ ਹੁੰਦੀ ਹੈ। ਵੈਸੇ ਹਵਾਨਾ ਬਣਾਉਣਾ ਸ਼ੁਰੂ ਕਰਤਾ, ਗਾਵਾਂ ਚੈੱਕ ਕਰਾਉਣੀਆਂ ਬਹੁਤ ਜ਼ਰੂਰੀ ਹੁੰਦੀਆਂ, ਖਾਸ ਕਰਕੇ ਜਦੋਂ 4-5 ਮਹੀਨਿਆਂ ਦੀ ਗੱਭਣਾ, ਕਿਉਂਕਿ ਹਵਾਨੇ ਤਾਂ ਮਸਤੇਵੇਂ ਦੇ ਵੀ ਪੱਟ ਲੈਂਦੀਆਂ, ਪਰ ਕਿਉਂਕਿ ਤੁਹਾਨੂੰ ਗੱਭਣ ਦੱਸੀਆਂ ਇਹਨਾਂ ਲੋਕ ਕਨਫਰਮ ਆ, ਤਾਂ ਤੁਸੀਂ ਆਪਦੀਆਂ ਚੈੱਕ ਪਾਸ ਕਰਵਾ ਸਕਦੇ। ਪੂਰੇ ਟੋਪ ਦੇ ਫਰਕ ਹੋਈਆਂ, ਥੋੜਾ ਸੈਲ ਜਿਹਨਾਂ ਦਾ ਮੁੱਗਿਆ, ਇਸ ਕਰਕੇ ਉਹਨਾਂ ਨੇ ਵੈੜੀਆਂ ਵਿੱਚੀਆਂ। ਠੀਕ ਹੈ, ਖੋਲੀ, ਬਾਕੀ ਅੱਗੇ ਆਈਆਂ ਉੱਪਰਾਂ ਕੀਤਾ ਵੈੜੀਆਂ ਨੇ ਹਲੇ ਪੂਰਾ। ਠੀਕ ਹੈ, ਪਾਣੀ ਪੂਣੀ ਨਹੀਂ ਪੂਰਾ ਖੁੱਲ ਕੇ ਕੀਤਾ ਹਲੇ। ਠੀਕ ਹੈ, ਸੋ ਬਾਈ ਕਹਿੰਦਾ ਵੀ ਸਾਇਲੇਜ ਚੋਂ ਸਾਇਲੇਜ ਮੁੱਕਣ ਕਰਕੇ ਫਾਰਮ ਵਾਲੇ ਵੀਰ ਨੇ ਵੇਚਤੀਆਂ, ਬਹੁਤ ਵਾਰੀ ਵੈੜੀਆਂ ਬਣਦੀਆਂ ਇਸ ਫਾਰਮ ਦੀਆਂ, ਤੁਸੀਂ ਬੜੀਆਂ ਵੈੜੀਆਂ ਲੈ ਲਿਆ ਵਿੱਚੀਆਂ ਆਪਾਂ ਇਸ ਫਾਰਮ ਚੋਂ, ਸਾਂਚੇ ਦੇਖਣੇ ਆ ਹੁਣ ਦੇ ਹਿਸਾਬ ਨਾਲ ਲਿਆ ਵੀ। ਬਾਕੀ ਖੁਦ ਬਾਈ ਉਹ ਬੈਲਟਮ ਵੀ ਬਲਟ ਰਿਹਾ ਚਿਹਰਾ ਦਵਾਈ ਆ, ਇਸ ਸਾਈਡ ਦੇ ਉੱਤੇ ਵੀ ਦੱਸੋ ਪਹਿਲੇ ਨੰਬਰ ਤੇ ਜਿਹੜੀ ਗਾਂ ਵਧੀ, ਇੱਥੋਂ ਸ਼ੁਰੂਆਤ ਕਰ ਲੈਂਦੇ ਵੀ ਨੇ ਬਈ, ਕਿੰਨਵਾਂ ਸੂਆ ਸੂਈ ਹੈ ਇਹ? ਬਈ ਤੀਜਾ ਸੂਆ ਸੂਈ ਆ ਬੈਡ। ਕਿੰਨਾ ਟਾਈਮ ਹੋ ਗਿਆ ਸੂਈ? ਬਈ ਪਰਸੇ ਸੂਈ ਰਾਤ। ਠੀਕ ਹੈ, ਬੱਚਾ ਕੀ ਦਿੱਤਾ ਇਹਨੇ? ਬੱਚੀ ਆ ਬਈ, ਮਤਲਬ ਬੱਚਾ ਬੱਚੀ ਹੈ। ਹਾਂਜੀ, ਕੀ ਰੇਟ ਰਹਿਣਾ ਇਹਦਾ ਵੀ ਨੇ? ਰੇਟ ਬਈ 1,15,000 ਹੋਲੀ ਤੋਰ ਗਏ, ਬਹੁਤ ਫਸਟ 25 ਤੋਂ ਬਾਹਰ ਹੈ ਤਾਂ ਬਹੁਤ ਹੀ ਜ਼ਿਆਦਾ। ਕਿੰਨੀ ਹੋਊਗੀ ਬਾਈ? 25 ਤੋਂ ਬਾਹਰ ਆ ਬਈ। ਓਕੇ, ਸੋ 25 ਤੋਂ ਬਾਹਰ ਬਾਈ ਕਹਿੰਦਾ ਵੀ ਬੋਲਾ ਹੈ ਤੀਜਾ ਦਿਨ ਸੂਈ ਨੂੰ, ਕੋਈ ਚੰਗੀ ਸੇਵਾ ਦਾ ਬਈ ਲਗਿਆ ਤਾਂ 35 ਨੂੰ ਬੜੇ ਆਰਾਮ ਨਾਲ ਹੱਥ ਮਾਰੂਗੀ। ਠੀਕ ਹੈ, ਬਾਕੀ 30 ਤੋਂ ਬੜੇ ਆਰਾਮ ਨਾਲ ਬਾਹਰ ਚੱਲੂਗੀ ਬੈਡ। ਚੰਗੇ ਢਾਂਚੇ ਦੀ ਗਾਂ, ਵੱਡਾ ਹਵਾਨਾ ਹੈ, ਬਾਕੀ ਹਵਾਨੇ ਦਾ ਆਕਾਰ ਤੁਸੀਂ ਵੀਡੀਓ ਚੋਂ ਦੇਖ ਹੀ ਰਹੇ ਹੋ, ਉੱਤੋਂ ਸਟ੍ਰੇਟ ਹੈ ਬਿਲਕੁਲ, ਖੜੀ ਗਾਂ ਨਾਲੋਂ ਤੁਰਦੀ ਦੀ ਤੌਰ ਜ਼ਿਆਦਾ, ਤੁਸੀਂ ਹਵਾਨਾ ਅਗਾੜੀ ਦੇਖ ਸਕਦੇ ਹੋ, ਦੱਸੋ ਪਛਾਣ ਨੂੰ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ, ਬੱਚਾ ਇਹਦੇ ਨਾਲ ਵੱਛੀ ਹੈ, ਚੰਗਾ ਤਣਿਆ ਵਿਆ ਹਵਾਨਾ ਹੈ, ਭਰਿਆ ਵਿਆ, ਸ਼ਾਮ ਦਾ ਟਾਈਮ ਹੈ, ਧਮਾਲਾ ਵੀ ਨੀ, ਅੱਗੇ ਦਾ ਹੋਰ ਕਢਾ ਦੇ ਬਾਈ। ਸੋ 1,15,000 ਦੀ ਇਹ ਗਾਂ ਮਿਲੂਗੀ, ਦੁੱਧ ਇਹ ਚੰਗਾ ਦੇ ਦੂਗੀ ਕਿਉਂਕਿ ਇਹਦੀ ਸ਼ੁਰੂਆਤ ਬਹੁਤ ਸੋਹਣੀ ਹੋਈ ਹੈ, ਲਿਆ ਬਾਈ ਵਾਪਸ। ਤੇ ਇਹਦੇ ਨਾਲ ਜਿਹੜੀ ਵੱਛੀ ਹੈ ਉਹ ਵੀ ਬੜੀ ਸੋਹਣੀ, ਦੱਸੋ ਵੱਛੀ, ਇਹ ਤੁਸੀਂ ਇਹਦੀ ਵੱਛੀ ਦੇਖ ਸਕਦੇ ਹੋ, ਤਾਜ਼ੀ ਸੂਈ ਵੀ ਇਹ ਵੈੜ ਤੁਹਾਨੂੰ ਦਿਖਾ ਰਹੇ ਹਾਂ। ਇੱਦਾਂ ਦਾ ਇਹਦਾ ਢਾਂਚਾ, ਇਹਦੂ ਬਾਅਦ ਚੈੱਕ ਹੋਰ ਵੈੜ ਸੂਈ ਸਵਾਈ ਹੈ, ਮੇਰੇ ਕਹਿਣਾ ਸੂਆ ਬਾਈ ਇਹ ਬਾਈ ਪਹਿਲਾ ਸੂਆ ਸੂਈ। ਠੀਕ ਹੈ, ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਅੱਜ? ਬਾਈ ਇਹਦਾ ਚੌਥਾ ਦਿਨ ਹੈ ਸੂਈ ਨੂੰ ਅੱਜ। ਠੀਕ ਹੈ, ਇਹਦੇ ਨਾਲ ਤਾਂ ਵੱਛਾ ਲੱਗਦਾ ਹੈ ਨਾ? ਹਾਂਜੀ ਵੱਛਾ। ਕੀ ਦੁੱਧ ਹੋਊਗਾ ਇਸ ਟਾਈਮ ਦਾ? ਬਾਈ 16-17 ਕਿਲੋ ਹੈਗਾ ਫਿਲਹਾਲ। ਕੀ ਰੇਟ ਰਹੂਗਾ ਇਹਦਾ? ਰੇਟ ਬਾਈ 95 ਕਰਦੇ, 90 ਦੀ ਦੇਵਾਂਗੇ। ਖੋਲੀ ਦੁੱਧ ਹਲੇ ਮੂੰਹ, ਦੋ ਦੰਦ ਪਹਿਲਾ ਸੂਆ, ਚੌਥਾ ਦਿਨ ਸੂਈ ਨੂੰ 16 ਕਿਲੋ, 15-16 ਕਿਲੋ ਤੁਸੀਂ ਬਹੁਲਾ ਮੰਨ ਕੇ ਚੱਲੋ, ਮੁੱਲ 95 ਹੈ ਪਰ 90,000 ਚ ਸੌਦਾ ਹੋ ਜਾਊਗਾ ਜੇ ਕੋਈ ਵੀਰ ਪਸੰਦ ਕਰਦਾ। ਦੋ ਦੰਦ ਵੱਛੀ ਹੈ, ਹਵਾਨਾ ਚੰਗਾ ਦਿਖਾਉਂਦੀ ਹੈ, ਫਿਕਸ ਜਿਹਾ ਹਵਾਨਾ, ਬੱਚਾ ਇਹਦੇ ਨਾਲ ਮੇਲ ਕਾਫ ਹੈ। ਸੋ ਇਹ ਪਹਿਲਣ ਵੈੜ ਹੈ, ਦੋ ਦੰਦ ਮੂੰਹ ਦੇ ਵਿੱਚੋਂ, ਢਾਂਚਾ ਤੁਸੀਂ ਦੇਖ ਸਕਦੇ ਹੋ ਫਿਕਸ ਜੇ ਹਵਾਨੇ ਦੇ ਵਿੱਚ ਹੈ, ਲਿਆ ਬਈ। ਸੋ ਬੱਚਾ ਇਹਨੇ ਮੇਲ ਕਾਫ ਦਿੱਤਾ, ਥਣ ਥੀ ਚੁਆਈ ਵਾਲਾ, ਸ਼ਾਮ ਦਾ ਟਾਈਮ, ਵੀਡੀਓ ਦਾ ਹਵਾਨੇ ਤੁਸੀਂ ਭਰੇ ਦੇਖ ਰਹੇ ਹੋ। ਇਹਨਾਂ ਤੋਂ ਬਿਨਾਂ ਇੱਕ ਹੋਰ ਵੈੜ ਜਿਹੜੀ ਉਹ ਤਾਜ਼ੀ ਸੂਈ ਵੀ, 45 ਨੰਬਰ ਟੈਗ, ਜਿਹੜੇ ਕਿੰਨਵਾ ਸੂਆ ਸੂਈ ਹੈ ਇਹ? ਵੀ ਬਾਈ ਪਹਿਲਾ ਸੂਆ ਸੂਈ ਆ। ਕਿੰਨਾ ਚਿਰ ਹੋ ਗਿਆ ਸੂਈ ਨੂੰ? ਸੂਈ ਨੂੰ ਬਾਈ ਇਹਨੇ ਵੀ ਹਫ਼ਤਾ ਕੀ ਹੋਇਆ ਹਾਲੇ। ਕਿੰਨਾ ਕੁ ਦੁੱਧ ਹੋਊਗਾ ਹੁਣ? ਦੁੱਧ ਬਾਈ ਇਹਦੇ ਥੱਲੇ ਵੀ ਹੈਗਾ ਇਸ ਟਾਈਮ 16-17 ਕਿਲੋ ਹੈਗਾ। ਠੀਕ ਹੈ, ਇਹਦਾ ਰੇਟ ਕੀ ਰਹੂਗਾ? ਇਹ ਬਾਈ 85,000 ਦੀ ਦੇਵਾਂਗੇ। ਠੀਕ ਹੈ, ਖੋਲੀਏ। ਸੋ ਦੱਸੋ 85,000 ਦੀ ਵੈੜ, ਪਹਿਲਾ ਸੂਆ ਸੂਈ ਹੈ, ਹਫ਼ਤੇ ਦੀ ਸੂਈ, 16 ਕਿਲੋ ਦੁੱਧ ਇਹ ਵੀ ਦੇ ਰਹੀ ਹੈ, ਬਰੀਡ ਵਾਈਜ ਚੰਗੀ ਕੱਦ ਕਾਠ ਵਾਲੀ ਦਿਸਦੀ ਹੈ, ਹੱਥੀ ਚੁਆਈ ਵਾਲਾ ਥਣ ਹੈ, ਤੇ ਹਵਾਨਾ ਇਹਦਾ ਤੁਸੀਂ ਹੁਣ ਵੇਖ ਸਕਦੇ ਹੋ, ਦੋ ਦੰਦ ਹੈ ਬਾਈ ਮੂੰਹ। ਠੀਕ ਹੈ, ਇਹ ਵੀ ਦੋ ਦੰਦ ਹੈ,
ਤੇ ਬੱਚਾ ਇਹਦੇ ਨਾਲ ਵੀ ਮੇਲ ਕਾਫੀ ਹੈ ਮੇਰੇ ਖਿਆਲ ਚ। ਬਈ ਰਾਤ ਆਈ ਥੋੜਾ ਉਪਰਾ ਕੀਤਾ ਵੜ ਲੈ। ਓਕੇ ਹਜੇ ਰਾਤ ਹੀ ਪਹੁੰਚੀ ਹੈ ਬਾਈ, ਕਹਿੰਦਾ ਵੀ ਥੋੜਾ ਉਪਰਾ ਮੰਨਿਆ। ਇੱਕ ਅੱਧਾ ਦਿਨ ਪਸ਼ੂ ਲੈਂਦਾ ਹੈ ਉਪਰੇ ਘਰੇ ਜਾ ਕੇ ਪੱਠਾ ਨੀਰਾ ਪੂਰਾ ਚੱਕਣ ਤੋਂ। ਫੀਡ ਵਗੈਰਾ ਵੀ ਪਸ਼ੂ ਨੇ ਉਦੋਂ ਹੀ ਚੱਕਣੀ ਹੁੰਦੀ ਹੈ ਜਦੋਂ ਪੂਰਾ ਜੀਵ ਜਿਹੜਾ ਉਹ ਪਸ਼ੂ ਦਾ ਲੱਗ ਜਾਂਦਾ। ਇਹਦੇ ਬਾਅਦ ਚ ਇੱਕ ਲਾਸਟ ਉੱਤੇ ਵੱਡੀ ਗਾਂ ਦਿਖਾਵਾਂਗੇ, ਫਿਰ ਮੱਝ ਬਾਰੇ ਗੱਲਬਾਤ ਕਰਾਂਗੇ। ਵੀਰੇ ਇਹ ਗਾਂ ਬਾਈ ਕਿਰਮਾ ਸੂਆ, ਇਹ ਬਾਈ ਤੀਜਾ ਸੂਆ ਸੁਣੀ ਗਾਂ। ਕਿੰਨਾ ਟਾਈਮ ਬਾਕੀ? ਟਾਈਮ ਬਾਈ ਦਾ ਮਹੀਨਾ ਪੂਰਾ ਪਿਆ। ਠੀਕ ਹੈ, ਇੱਕ ਮਹੀਨਾ ਬਾਕੀ ਹੈ। ਹਾਂਜੀ, ਕੀ ਰੇਟ ਰਹੂਗਾ ਇਹਦਾ? ਰੇਟ ਬਾਈ ਦਾ ਫੋਨ ਤੇ ਰਹੂਗਾ ਬੈਠ ਦਾ ਖੋਲੀਨ। ਸੋ ਇੱਕ ਮਹੀਨੇ ਦੀ ਕੱਚੀ ਗਾਂ ਰੇਟ ਇਹਦਾ ਫੋਨ ਤੇ ਹੈ। ਵਜਨ ਇਹਦਾ ਫੋਨ ਲੈ, ਬਰੀਡ ਕੁਆਲਿਟੀ ਇਹਦਾ, ਬੀਸੀਐਸ ਬੋਡੀ ਵੇਟ ਇਹਦਾ, ਜੇ ਆਪਾਂ ਗੱਲ ਕਰੀਏ ਉਹ ਵੀ। ਹਵਾਨਾ ਭਰਨਾ ਸ਼ੁਰੂ ਕੀਤਾ ਪਰ ਹਜੇ ਇੱਕ ਮਹੀਨਾ ਕੱਚੀ ਹੈ, ਮਹੀਨੇ ਬਾਅਦ ਇਹਨੇ ਪੂਰਾ ਨਿਕਲਣਾ। ਰੇਟ ਫੋਨ ਤੇ ਰਹੂਗਾ, ਬਾਕੀ ਤੁਸੀਂ ਗੱਲਬਾਤ ਕਰ ਲਓ ਜਿਹੜੇ ਵੀਰ ਨੂੰ ਪਸੰਦ ਆਵੇ। ਇੱਕ ਮੱਝ ਵੀ ਬਾਈ ਨੇ ਵੇਚਣੀ ਹੈ। ਇਹ ਕਿੰਨਵਾਂ ਸੂਆ ਸੂਈ ਵੀ ਮੱਝ ਵਿੱਚ? ਇਹ ਬਾਈ ਦੂਜਾ ਸੂਆ ਸੂਈ ਹੈ। ਠੀਕ ਹੈ, ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ? ਸੂਈ ਨੂੰ ਬਾਈ ਇਹਨੂੰ ਚਾਰ ਤੀਜਾ ਉੱਥੇ ਦੇ ਲੱਗ ਗਿਆ। ਠੀਕ ਹੈ, ਅੱਛਾ ਕਿੰਨਾ ਕੁ ਦੁੱਧ ਹੋਊਗਾ ਹੁਣ? ਦੁੱਧ ਬਾਈ ਬੱਚੇ ਸਮੇਂ 10 ਕਿਲੋ ਹੈਗਾ ਥੱਲੇ। ਇਹਦਾ ਰੇਟ ਕੀ ਰਹਿਣਾ? ਇਹ ਬਾਈ 1-15 ਹੀ ਦੇਵਾਂਗੇ। ਠੀਕ ਹੈ, ਖੋਲੀ ਨੂੰ 1,15,000 ਦੀ ਵਸੇ ਇਹ ਮੱਝ ਮਿਲੂਗੀ। ਥੋੜਾ ਜਿਹਾ ਕਿਉਂਕਿ ਗਾਵਾਂ ਦੇ ਫਾਰਮ ਚ ਆਈ ਵੀ ਆ ਤਾਂ ਥੋੜਾ ਘਬਰਾਉਂਦੀ ਹੈ। ਸਹੀ, ਬਾਕੀ ਬਾਈ ਚਵਾਈ ਬਹੁਤ ਬੋਲੀ ਮੈਂ ਦੀ। ਓਕੇ, ਸੋ 1,15,000 ਦੀ ਇਹ ਮੀਡੀਅਮ ਹਾਈਟ ਦੀ ਮੱਝ ਹੈ। ਥਾਣ ਸੋਹਣੇ ਹੈ, ਢਾਂਚਾ ਤੁਹਾਡੇ ਸਾਹਮਣੇ, ਅੱਖ ਦੋਨੇ ਹੀ ਇਹ ਜਿਹੜੀਆਂ ਨੀਲੀ ਵਾਲੀਆਂ ਅੱਖਾਂ ਵਾਈਟ ਰੰਗ ਵਾਲੀਆਂ, ਬਾਕੀ ਸਾਰੀ ਕਾਲੀ ਮੱਝ। ਪੂਛ ਜਿੰਨੀ ਕੁ ਵਾਈਟ ਆ ਤੁਸੀਂ ਦੇਖ ਸਕਦੇ ਹੋ। ਬੱਚਾ ਇਹਦੇ ਨਾਲ ਕੱਟੀ ਹੈ, ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ। ਤਾਜ਼ੀ ਸੂਈ ਵੀ ਹੈ, ਥੋੜੇ ਦਿਨਾਂ ਦੀ ਸੂਈ ਇਹਦੇ ਨਾਲ ਕੱਟੀ। ਸੋ ਅੱਜ ਦੀ ਵੀਡੀਓ ਦੇ ਇਹ ਨਾਗ ਫੋਰ ਸੇਲ ਮੱਲੀਆਂ ਖੁਰਦ ਨਕੋਦਰ ਦੇ ਬਿਲਕੁਲ ਨਾਲ ਦਾ ਪਿੰਡ ਹੈ ਤੇ ਸ਼ਾਹਕੋਟੇ ਨੂੰ ਤਹਿਸੀਲ ਹੈ, ਜ਼ਿਲ੍ਹਾ ਜਲੰਧਰ ਪਿੰਡ ਹੈ। ਅੱਜ ਦੀ ਵੀਡੀਓ ਦੇ ਫਿਲਹਾਲ ਇਹ ਪਸ਼ੂ ਫੋਰ ਸੇਲ ਹੈ। ਧੰਨਵਾਦ, ਵੀਡੀਓ ਦੇਖਣ ਵਾਸਤੇ।